लुइगी पेरानदेलोदी ਇਤਾਲਵੀ ਕਹਾਣੀ ਹੈ ਯੁੱਧ ਰਾਤ ਦੀ ਐਕਸਪ੍ਰੈਸ ਗੱਡੀ ਤੇ ਜਿਹੜੀਆਂ ਸਵਾਰੀਆਂ ਰੋਮ ਤੋਂ ਚਲਦੀਆਂ ਸਨ ਅੱਗੇ ਜਾਣ ਲਈ ਉਹਨਾਂ ਨੂੰ ਸਵੇਰੇ ਪੌ ਫੁੱਟਨ ਦੇ ਸਮੇਂ ਤੱਕ ਫਰੇਬਰੀਆਨੋ ਨਾਂ ਦੇ ਛੋਟੇ ਜਿਹੇ ਸਟੇਸ਼ਨ ਤੇ ਰੁਕਣਾ ਪੈਂਦਾ ਸੀ ਇੱਥੇ ਉਹਨਾਂ ਨੂੰ ਮੇਨ ਲਾਈਨ ਨੂੰ ਸੁਲਮਾਨੋ ਨਾਲ ਮਿਲਾਉਣ ਵਾਲੀ ਪੁਰਾਣੀ ਢੰਗ ਦੀ ਇੱਕ ਲੋਕਲ ਮਿਲਦੀ ਸੀ ਸੈਕੰਡ ਕਲਾਸ ਦਾ ਡੱਬਾ ਬੜਾ ਘਟਿਆ ਘਟਿਆ ਤੇ ਧੂਏ ਨਾਲ ਭਰਿਆ ਸੀ ਵੰਝ ਆਦਮੀ ਉਸ ਤੋਂ ਪਹਿਲਾਂ ਹੀ ਸਾਰੀ ਰਾਤ ਸਫਰ ਕਰਦੇ ਆ ਰਹੇ ਸਨ ਇਸ ਡੱਬੇ 'ਚ ਸਵੇਰੇ ਤੜਕੇ ਹੀ ਕਿਸੇ ਨੇ ਇੱਕ ਭਾਰੀ ਪਰ ਕਮਔਰਤ ਨੂੰ ਬੇਡੋਲ ਗੱਠੜੀ ਦੀ ਵਾਂਗ ਚੁੱਕ ਕੇ ਅੰਦਰ ਰੱਖ ਦਿੱਤਾ ਔਰਤ ਨੇ ਕਾਲੇ ਸੋਗ ਵਾਲੇ ਕੱਪੜੇ ਪਾਏ ਹੋਏ ਸਨ ਪਿੱਛੇ-ਪਿੱਛੇ ਹਫਦਾ ਕਰਾਉਂਦਾ ਉਹਦਾ ਪਤੀ ਵੀ ਝੜਾ ਆ ਛੋਟਾ ਮਰੀਅਲ ਸੁੱਕਾ ਜਿਹਾ ਆਦਮੀ ਚਿਹਰੇ ਤੇ ਮੌਤ ਦੀ ਸਫੈਦੀ ਛੋਟੀਆਂ-ਛੋਟੀਆਂ ਚਮਕੀਲੀਆਂ ਅੱਖਾਂ ਤੇ ਵੇਖਣ ਨੂੰ ਸੰਕੋਚੀ ਤੇ ਕੁਝ ਪਰੇਸ਼ਾਨ ਜਾਦੂ ਇੱਕ ਸੀਟ ਤੇ ਬਹਿ ਗਿਆ ਤਾਂ ਉਹਨੇ ਪਤਨੀ ਨੂੰ ਸਹਾਰਾ ਦੇਣ ਤੇ ਬੈਠਣ ਦੀ ਥਾਂ ਬਣਾਉਣ ਲਈ ਡੱਬੇ 'ਚ ਬੈਠੀਆਂ ਸਵਾਰੀਆਂ ਦਾ ਧੰਨਵਾਦ ਕੀਤਾ ਫਿਰ ਔਰਤ ਵੱਲ ਘੁੰਮ ਕੇ ਉਹਦੇ ਕੋਟ ਦਾ ਕਾਲਰ ਥੱਲੇ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬੜੀ ਮੁਲਾਇਮ ਆਵਾਜ਼ 'ਚ ਪੁੱਛਿਆ ਕਿਉਂ ਠੀਕ ਹੋ ਨਾ ਉਹਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਪਤਨੀ ਨੇ ਆਪਣੇ ਕੋਟ ਦਾ ਕਾਲਰ ਫਿਰ ਆਪਣੀ ਅੱਖਾਂ ਕੋਲ ਸਾਹਮਣੇ ਚੁੱਕ ਲਿਆ ਤਾਂ ਕਿ ਉਹਦਾ ਚਿਹਰਾ ਉਹਦੇ ਪਿੱਛੇ ਲੁਕਿਆ ਰਹੇ ਪਤੀ ਨੇ ਆਪਣੇ ਬੁੱਲਾਂ ਹੀ ਬੁੱਲਾਂ 'ਚ ਬੜੀ ਦੁੱਖ ਭਰੀ ਮੁਸਕਰਾਟ ਨਾਲ ਕਿਹਾ ਇਹ ਦੁਨੀਆ ਵੀ ਕਮ ਬਖਤ ਹੁਣ ਉਹਨੂੰ ਜ਼ਰੂਰੀ ਲੱਗਾ ਕਿ ਸਾਥੀ ਮੁਸਾਫਰਾਂ ਨੂੰ ਸਮਝਾਇਆ ਜਾਏ ਕਿ ਉਹ ਵਿਚਾਰੀ ਔਰਤ ਕਿੰਨੀ ਦੁਖਿਆਰੀ ਹੈ 20 ਸਾਲ ਦੇ ਮਾਸੂਮ ਬੱਚੇ ਉਹਦੇ ਇਕਲੌਤੇ ਪੁੱਤਰ ਨੂੰ ਯੁੱਧ ਦਾ ਦੰਦ ਖੋ ਕੇ ਲੈ ਜਾ ਰਿਆ ਸੀ ਉਸ ਬੱਚੇ ਦੇ ਲਈ ਉਹਨਾਂ ਲੋਕਾਂ ਨੇ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ ਜਦ ਪੜ੍ਹਾਈ ਕਰਨ ਲਈ ਉਹਨੂੰ ਰੋਮ ਜਾਣਾ ਪਿਆ ਸੀ ਤਾਂ ਇਹ ਦੋਵੇਂ 20 ਮੁਸਲਮਾਨੋ ਵਾਲਾ ਆਪਣਾ ਘਰਬਾਰ ਛੱਡ ਕੇ ਉਹਦੇ ਨਾਲ ਰੋਮ ਚਲੇ ਗਏ ਸਨ ਫਿਰ ਜਦੋਂ ਉਹਨੇ ਲੜਾਈ ਤੇ ਜਾਣਾ ਚਾਹਿਆ ਤਾਂ ਉਹਨਾਂ ਨੇ ਉਹਨੂੰ ਇਸ ਭਰੋਸੇ ਤੇ ਜਾਣ ਦਿੱਤਾ ਸੀ ਕਿ ਜਿਵੇਂ ਵੀ ਹੋਵੇ ਘੱਟੋ ਘੱਟ 6 ਮਹੀਨੇ ਲਈ ਉਹਨੂੰ ਮੋਰਚੇ ਤੇ ਨਹੀਂ ਭੇਜਿਆ ਜਾਏਗਾ ਪਰ ਹੁਣ ਅਚਾਨਕ ਉਹਨਾਂ ਨੂੰ ਇੱਕ ਤਾਰ ਮਿਲੀ ਹੈ ਕਿ ਤਿੰਨ ਦਿਨਾਂ ਦੇ ਅੰਦਰ ਹੀ ਉਹਨਾਂ ਦੇ ਪੁੱਤਰ ਨੇ ਮੋਰਚੇ ਲਈ ਚਲੇ ਜਾਣਾ ਤੇ ਉਹ ਲੋਕ ਉਹਨੂੰ ਵਿਦਾਈ ਦੇਣ ਲਈ ਆਉਣ ਭਾਰੀ ਪਰ ਕਮਕੋਟ ਦੇ ਅੰਦਰ ਔਰਤ ਜਿਵੇਂ ਜਕੜਨ ਨਾਲ ਭਰੀ ਬੁੜਬੁੜਾ ਰਹੀ ਸੀ ਰੈ ਰੈ ਕਿ ਉਹ ਜੰਗਲੀ ਜਾਨਵਰ ਦੀ ਤਰ੍ਹਾਂ ਘੁਰ ਘੁਰ ਕਰਦੀ ਸੀ ਸ਼ਾਇਦ ਉਹਨੂੰ ਇਹ ਅਹਿਸਾਸ ਹੋ ਜਾਂਦਾ ਸੀ ਕਿ ਸਾਰੇ ਵਰਣਨ ਤੇ ਬਿਉਰੇ ਸੁਣਨ ਵਾਲਿਆਂ ਦੇ ਅੰਦਰ ਹਮਦਰਦੀ ਦੀ ਛਾਂ ਤੱਕ ਨਹੀਂ ਉਭਾਰ ਸਕੇ ਹਾਲਾਂਕਿ ਉਹਨੂੰ ਇਹ ਵੀ ਨਿਸ਼ਚਿਤ ਲੱਗਦਾ ਸੀ ਕਿ ਹੋਵੇ ਨਾ ਹੋਵੇ ਉਹ ਸਾਰੇ ਉਸ ਤਰ੍ਹਾਂ ਦੀ ਹੀ ਬਦਕਿਸਮਤੀ ਦੇ ਸ਼ਿਕਾਰ ਹਨ ਉਹਨਾਂ 'ਚੋਂ ਇੱਕ ਆਦਮੀ ਖਾਸ ਦਿਲਚਸਪੀ ਦੇ ਨਾਲ ਸਾਰੀ ਗੱਲ ਸੁਣ ਰਿਹਾ ਸੀ ਉਹਨੇ ਕਿਹਾ ਖੁਦਾ ਦਾ ਸ਼ੁਕਰ ਕਰੋ ਤੁਹਾਡਾ ਬੇਟਾ ਮੋਰਚੇ ਤੇ ਹੁਣ ਜਾ ਰਿਹਾ ਹੈ ਮੇਰੇ ਲੜਕੇ ਨੂੰ ਤਾਂ ਲੜਾਈ ਦੇ ਪਹਿਲੇ ਦਿਨ ਹੀ ਭੇਜ ਦਿੱਤਾ ਗਿਆ ਸੀ ਦੋ ਵਾਰ ਜ਼ਖਮੀ ਹੋ ਕੇ ਵਾਪਸ ਆਉਣ ਤੋਂ ਬਾਅਦ ਹੁਣ ਫੇਰ ਉਹਨੂੰ ਮੋਰਚੇ ਤੇ ਭੇਜ ਦਿੱਤਾ ਗਿਆ ਤੇ ਮੈਂ ਮੇਰੇ ਤਾਂ ਬੇਟੇ ਤੇ ਤਿੰਨ ਭਤੀਜੇ ਮੋਰਚੇ ਤੇ ਐ ਦੂਜਾ ਮੁਸਾਫਰ ਬੋਲਿਆ ਹੋ ਸਕਦਾ ਪਰ ਜਿੱਥੋਂ ਤੱਕ ਸਾਡਾ ਸਵਾਲ ਹੈ ਸਾਡਾ ਤਾਂ ਇੱਕਲੌਤਾ ਲੜਕਾ ਹੈ ਪਤੀ ਨੇ ਹਿੰਮਤ ਕਰਕੇ ਕਿਹਾ ਇਸ ਨਾਲ ਕੀ ਫਰਕ ਪੈਂਦਾ ਜ਼ਿਆਦਾ ਤੋਂ ਜ਼ਿਆਦਾ ਇਹੀ ਹੁੰਦਾ ਨਾ ਵੀ ਤੁਸੀਂ ਲਾਡ ਪਿਆਰ ਨਾਲ ਆਪਣੇ ਇਕਲੌਤੇ ਮੁੰਡੇ ਨੂੰ ਵਿਗਾੜ ਲੈਂਦੇ ਹੋ ਜੇਕਰ ਮੰਨ ਲਓ ਵੀ ਤੁਹਾਡੇ ਹੋਰ ਵੀ ਬੱਚੇ ਹੁੰਦੇ ਤਾਂ ਕਿ ਤੁਸੀਂ ਇਸ ਇੱਕਲੇ ਨੂੰ ਹੀ ਸਭ ਤੋਂ ਜ਼ਿਆਦਾ ਪਿਆਰ ਕਰਦੇ ਜਨਾਬ ਬਾਪ ਦਾ ਪਿਆਰ ਕੋਈ ਰੋਟੀ ਨਹੀਂ ਹੈ ਇਹਦੇ ਟੁਕੜੇ ਕੀਤੇ ਫਿਰ ਸਾਰੇ ਬੱਚਿਆਂ ਚ ਬਰਾਬਰ ਬਰਾਬਰ ਹਿੱਸੇ ਵੰਡ ਦਿੱਤੇ ਬਾਪ ਤਾਂ ਆਪਣੇ ਦਿਲ ਦਾ ਪਿਆਰ ਆਪਣੇ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਦਿੰਦਾ ਹੈ ਉਹ ਇੱਕ ਹੋਵੇ ਜਾਂ ਦਸ ਇਸ ਲਈ ਇਸ ਸਮੇਂ ਮੈਂ ਆਪਣੇ ਦੋ ਬੇਟਿਆਂ ਲਈ ਦੁਖੀ ਹਾਂ ਤਾਂ ਇਹ ਨਹੀਂ ਕਿ ਦੋਹਾਂ ਲਈ ਅੱਧਾ ਅੱਧਾ ਦੁਖੀ ਹਾਂ ਬਲਕਿ ਮੈਂ ਤਾਂ ਇੱਕੋ ਜਿਹਾ ਹੀ ਦੁਖੀ ਹਾਂ ਤੁਸੀਂ ਠੀਕ ਕਹਿੰਦੇ ਹੋ ਤੁਸੀਂ ਠੀਕ ਕਹਿੰਦੇ ਹੋ ਦੁਬਿਧਾ ਤੇ ਪਰੇਸ਼ਾਨੀ ਚ ਪਈ ਪਤਨੀ ਨੇ ਡੂੰਗਾ ਸਾਲਿਆ ਪਰ ਮੰਨ ਲਓ ਹਾਲਾਂਕਿ ਸਾਨੂੰ ਸਾਰਿਆਂ ਨੂੰ ਪੂਰੀ ਉਮੀਦ ਹੈ ਵੀ ਤੁਹਾਡੇ ਨਾਲ ਅਜਿਆ ਨਹੀਂ ਹੈ ਕਿ ਇੱਕ ਬਾਪ ਦੇ ਦੋ ਬੇਟੇ ਮੋਰਚੇ ਤੇ ਲੜ ਰਹੇ ਹਨ ਉਹਨਾਂ ਚ ਇੱਕ ਲੜਾਈ ਚ ਕੰਮ ਆ ਜਾਂਦਾ ਹੈ ਤੇ ਇਸ ਹਾਲਤ ਚ ਉਹਨੂੰ ਧੀਰਜ ਬੰਨਣ ਲਈ ਇੱਕ ਤਾਂ ਫੇਰ ਵੀ ਬਚਿਆ ਰਹਿੰਦਾ ਜਦਕੇ ਜੀ ਹਾਂ ਉਹ ਸਾਬ ਚੁੰਝਲਾ ਕੇ ਬੋਲੇ ਉਹਨੂੰ ਧੀਰਜ ਬੰਨਣ ਲਈ ਇੱਕ ਮੁੰਡਾ ਬਚਿਆ ਤਾਂ ਜ਼ਰੂਰ ਰਹਿੰਦਾ ਲੇਕਿਨ ਇੱਕ ਬੇਟਾ ਅਜਿਆ ਵੀ ਹੁੰਦਾ ਜਿਹਦੇ ਨਾਂ ਤੇ ਉਹਨੂੰ ਆਪਣੀ ਸਾਰੀ ਉਮਰ ਰੋਂਦਿਆਂ ਕਲਪਦਿਆਂ ਇੱਕ ਸਿੱਟਣੀ ਪੈਂਦੀ ਹੈ ਦੂਜੇ ਪਾਸੇ ਇਕਲੌਤੇ ਬੇਟੇ ਵਾਲਾ ਬਾਪ ਜੇਕਰ ਆਪਣੇ ਮੁੰਡੇ ਨੂੰ ਗਵਾ ਵੀ ਦੇਵੇ ਤਾਂ ਖੁਦ ਮਰ ਕੇ ਨਾ ਸਾਰੀਆਂ ਮੁਸੀਬਤਾਂ ਦਾ ਖਾਤਮਾ ਤਾਂ ਕਰ ਸਕਦਾ ਹੈ ਇਹਨਾਂ ਦੋਹਾਂ ਹਾਲਤਾਂ ਵਿੱਚ ਕਿਹੜੀ ਜ਼ਿਆਦਾ ਬੁਰੀ ਹੈ ਤੁਸੀਂ ਖੁਦ ਨਹੀਂ ਸਮਝਦੇ ਕਿ ਤੁਹਾਡੀ ਹਾਲਤ ਦੇ ਮੁਕਾਬਲੇ ਮੇਰੀ ਹਾਲਤ ਕਿੰਨੀ ਬੁਰੀ ਹੋ ਜਾਏਗੀ ਬਕਵਾਸ ਪੀਲੀਆਂ ਪੀਲੀਆਂ ਮਟਮਲੀਆਂ ਖੂਨੀ ਅੱਖਾਂ ਤੇ ਲਾਲ ਲਾਲ ਚਿਹਰੇ ਵਾਲੇ ਇੱਕ ਮੋٹے ਤਾਜ਼ੇ ਮੁਸਾਫਰ ਨੇ ਵਿਚਾਲੇ ਟੋਕੇ ਕਿ ਇਹ ਸਾਹ ਬਖਫ ਰਹੀ ਸਨ ਉਹਨਾਂ ਦੀਆਂ ਬਾਹਰ ਨੂੰ ਨਿਕਲੀਆਂ ਹੋਈਆਂ ਅੱਖਾਂ ਚੋਂ ਉਹਨਾਂ ਅੰਦਰਲੀ ਨਾ ਖਤਮ ਹੋ ਸਕਣ ਵਾਲੀ ਹਿੰਸਾ ਇਸ ਤਰ੍ਹਾਂ ਫੁੰਕਾਰੇ ਮਾਰਦੀ ਹੋਈ ਫੁੱਟ ਰਹੀ ਸੀ ਜਿਵੇਂ ਕਿ ਉਹਦਾ ਬੁੱਢਾ ਸਰੀਰ ਉਹਨੂੰ ਅੰਦਰ ਸੰਭਾਲ ਨਾ ਸਕ ਰਿਹਾ ਹੋਵੇ ਬਕਵਾਸ ਆਪਣੇ ਮੂੰਹ ਤੇ ਹੱਥ ਰੱਖ ਕੇ ਸਾਹਮਣੇ ਦੇ ਦੋ ਟੁੱਟੇ ਦੰਦਾਂ ਨੂੰ ਲੁਕਾਉਂਦੇ ਹੋਏ ਉਹਨੇ ਫੇਰ ਦੁਹਰਾਇਆ ਬਕਵਾਸ ਕੀ ਕੇਵਲ ਆਪਣੇ ਸਵਾਰਥ ਲਈ ਅਸੀਂ ਆਪਣੇ ਬੱਚਿਆਂ ਨੂੰ ਜਨਮ ਦਿੰਨੇ ਆ ਬਾਕੀ ਸਾਰੇ ਯਾਤਰੀ ਬੜੇ ਦੁੱਖ ਨਾਲ ਘੂਰ ਘੂਰ ਕੇ ਵੇਖਣ ਲੱਗੇ ਜਿਹਦਾ ਮੁੰਡਾ ਪਹਿਲੇ ਹੀ ਦਿਨ ਤੋਂ ਮੋਰਚੇ ਤੇ ਚਲਾ ਗਿਆ ਸੀ ਉਹਨੇ ਕਿਹਾ ਤੁਸੀਂ ਠੀਕ ਕਹਿੰਦੇ ਹੋ ਸਾਡੇ ਬੱਚਿਆਂ ਤੇ ਸਾਡਾ ਕੋਈ ਹੱਕ ਨਹੀਂ ਹੈ ਉਹ ਦੇਸ਼ ਦੀ ਸੰਪਤੀ ਹੈ ਹੂੰ ਮोटे ਮੁਸਾਫਰ ਨੇ ਮੋੜ ਜਵਾਬ ਦਿੱਤਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜਨਮ ਦਿੰਨੇ ਆ ਉਸ ਵੇਲੇ ਸਾਡੇ ਮਨ ਚ ਦੇਸ਼ ਦਾ ਵਿਚਾਰ ਵੀ ਹੁੰਦਾ ਹੈ ਸਾਡੇ ਬੱਚੇ ਇਸ ਲਈ ਪੈਦਾ ਹੁੰਦੇ ਆ ਕਿਉਂਕਿ ਕਿਉਂਕਿ ਉਹਨਾਂ ਨੂੰ ਪੈਦਾ ਹੋਣਾ ਪੈਂਦਾ ਤੇ ਜਦੋਂ ਉਹ ਜੀਵਨ ਪਾ ਲੈਂਦੇ ਆ ਤੇ ਸਾਡਾ ਆਪਣਾ ਜੀਵਨ ਵੀ ਉਹਨਾਂ ਦਾ ਹੀ ਚੀਜ਼ ਹੋ ਜਾਂਦੀ ਹੈ ਸੱਚਾਈ ਤਾਂ ਇਹ ਹੈ ਹੋ ਸਕਦਾ ਅਸੀਂ ਉਹਨਾਂ ਦੇ ਹੋਈਏ ਪਰ ਉਹ ਸਾਡੇ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੇ ਜਦੋਂ 20 20 ਸਾਲ ਦੇ ਹੋ ਜਾਂਦੇ ਆ ਤਾਂ ਉਹ ਬਹੁ ਉਹ ਜੈ ਹੀ ਹੁੰਦੇ ਆ ਜਿਹੋ ਜੇ ਉਹਨਾਂ ਦੀ ਉਮਰ ਚ ਅਸੀਂ ਹੁੰਦੇ ਸੀ ਸਾਡੇ ਆਪਣੇ ਵੀ ਵਾਪਸੀ ਮਾਂ ਸੀ ਪਰ ਨਾਲ ਹੀ ਨਾਲ ਹੋਰ ਵੀ ਬਹੁਤ ਸਾਰੀਆਂ ਦੂਜੀਆਂ ਚੀਜ਼ਾਂ ਵੀ ਤੇ ਸੀ ਜਿਵੇਂ ਕੁੜੀਆਂ ਸੀ ਸਿਗਰਟਾਂ ਸੀ ਸੁਪਨੇ ਸੀ ਨਵੀਆਂ-ਨਵੀਆਂ ਟਾਈਆਂ ਸੀ ਵਿਸ਼ਕ ਦੇਸ਼ ਵੀ ਸੀ ਖੁਦ ਜਦੋਂ ਅਸੀਂ 20 ਦੇ ਸੀ ਤਾਂ ਦੇਸ਼ ਦੀ ਪੁਕਾਰ ਦਾ ਜਵਾਬ ਵੀ ਦਿੰਦੇ ਹੁੰਦੇ ਸੀ ਭਾਵੇਂ ਉਹਦੇ ਲਈ ਮਾਂ-ਬਾਪ ਰੋਕਦੇ ਵੀ ਕਿਉਂ ਨਾ ਰਹਿ ਜਾਂਦੇ ਹੁਣ ਅੱਜ ਆਪਣੀ ਇਸ ਹਾਲਤ 'ਚ ਪਹੁੰਚ ਕੇ ਹੋ ਸਕਦਾ ਹੈ ਦੇਸ਼ ਦਾ ਪ੍ਰੇਮ ਹੁਣ ਵੀ ਸਾਡੇ ਲਈ ਮਹਾਨ ਹੋਵੇ ਪਰ ਸਾਡੇ ਲਈ ਉਸ ਤੋਂ ਵੀ ਜ਼ਿਆਦਾ ਤਾਕਤਵਰ ਉਗੇ ਆਪਣੇ ਬੱਚਿਆਂ ਦਾ ਮੋਹ ਸਾਡੇ ਜੋ ਕੌਣ ਅਜੇ ਹੈ ਜਿਹਦਾ ਵਾਸਟਲੇ ਤਾਂ ਖੁਸ਼ੀ-ਖੁਸ਼ੀ ਆਪਣੇ ਬੇਟੇ ਦੀ ਥਾਂ ਮੁਰਚੇ ਤੇ ਨਾਚ ਲਿਆ ਜਾਵੇ ਚਾਰੇ ਪਾਸੇ ਇੱਕਦਮ ਚੁੱਪ ਛਾ ਗਈ ਹਰ ਕੋਈ ਸਮਰਥਨ ਚ ਸਿਰ ਹਿਲਾਉਣ ਲੱਗਾ ਅਜੇਆ ਕਿਹਾ ਕਿ ਮोटे ਆਦਮੀ ਨੇ ਆਪਣੀ ਗੱਲ ਜਾਰੀ ਰੱਖੀ ਜਦੋਂ ਸਾਡੇ ਬੱਚੇ 20 ਸਾਲ ਦੇ ਹੋ ਜਾਣ ਤਾਂ ਕਿ ਉਹਨਾਂ ਦੀਆਂ ਭਾਵਨਾਵਾਂ ਦਾ ਸਾਨੂੰ ਬਿਲਕੁਲ ਖਿਆਲ ਨਹੀਂ ਰੱਖਣਾ ਚਾਹੀਦਾ ਉਮਰ ਪਾ ਕੇ ਆਪਣੇ ਦੇਸ਼ ਦੇ ਪ੍ਰੇਮ ਨੂੰ ਬੇਸ਼ੱਕ ਮੈਂ ਚੰਗੇ ਮੁੰਡਿਆਂ ਦੀ ਗੱਲ ਕਰ ਰਿਹਾ ਸਾਡੇ ਪ੍ਰੇਮ ਤੋਂ ਵੱਡਾ ਸਮਝਣ ਕਿ ਇਹ ਬਹੁਤ ਸੁਭਾਵਿਕ ਨਹੀਂ ਹੈ ਕਿ ਇਹ ਸੁਭਾਵਿਕ ਹੈ ਕਿ ਅਜੇ ਹੁਣ ਤੇ ਲੋਕ ਸਾਨੂੰ ਆਪਣੀ ਵੱਡੀ ਉਮਰ ਦੇ ਦੋਸਤਾਂ ਦੀ ਤਰ੍ਹਾਂ ਸਮਝਣ ਤੇ ਮੰਨਣ ਕਿ ਅਸੀਂ ਹੁਣ ਬਹੁਤਾ ਚੱਲਣ ਫੇਰਨ ਦੇ ਲਾਇਕ ਨਹੀਂ ਰਹਿ ਗਏ ਆ ਤੇ ਸਾਡੇ ਲਈ ਚੰਗਾ ਹੈ ਕਿ ਅਸੀਂ ਹੁਣ ਆਪਣੇ ਘਰਾਂ 'ਚ ਹੀ ਬੈਠਿਆ ਕਰੀਏ ਜੇ ਸੱਚਮੁੱਚ ਹੀ ਦੇਸ਼ ਨਾ ਦੀ ਕੋਈ ਚੀਜ਼ ਹੈ ਜੇਕਰ ਦੇਸ਼ੀ ਕਜਈ ਕੁਦਰਤੀ ਜ਼ਰੂਰਤ ਹੈ ਜਿਹੋ ਜੀ ਰੋਟੀ ਹੁੰਦੀ ਹੈ ਤੇ ਜਿਵੇਂ ਸਾਨੂੰ ਸਾਰਿਆਂ ਨੂੰ ਜਿਉਂਦੇ ਰਹਿਣ ਲਈ ਖਾਣਾ ਵੀ ਪੈਂਦਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਦੇਸ਼ ਦੀ ਰੱਖਿਆ ਕਰਨ ਲਈ ਜਾਣਾ ਹੀ ਪਏਗਾ ਇਸ ਕੰਮ ਨੂੰ ਅੰਜਾਮ ਦਿੰਦੇ ਆ ਸਾਡੇ ਬੇਟੇ ਜਦੋਂ 20 ਸਾਲ ਦੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਇਹ ਵੀ ਪਸੰਦ ਨਹੀਂ ਕਿ ਕੋਈ ਉਹਨਾਂ ਲਈ ਹੰਝੂ ਵਹਾਵੇ ਯੁੱਧ ਵਿੱਚ ਬਹਾਦਰੀ ਉਤਸ਼ਾਹ ਤੇ ਪ੍ਰਸੰਤਾ ਦੇ ਨਾਲ ਮਰਦੇ ਹਨ ਬੇਸ਼ੱਕ ਮੈਂ ਚੰਗੇ ਮੁੰਡਿਆਂ ਦੀ ਗੱਲ ਕਰ ਰਿਹਾ ਚੰਗਾ ਹੁਣ ਮੰਨ ਲਓ ਕੋਈ ਬੁੱਢਾਪੇ 'ਚ ਜ਼ਿੰਦਗੀ ਦੇ ਮਾੜੇ ਪੱਖ ਯਾਨੀ ਕਿ ਉੱਬ ਨੀਰਸਤਾ ਹੁੱਚਾਪਣ ਤੇ ਨਿਰਾਸ਼ਾ ਦੀ ਕੜਵਾਹਟ ਭੁਗਤਣ ਤੋਂ ਬਚਿਆ ਰਹਿ ਕੇ ਆਪਣੀ ਜਵਾਨੀ ਦੇ ਦਿਨਾਂ ਦੀ ਖੁਸ਼ੀ-ਖੁਸ਼ੀ ਮਰ ਜਾਂਦਾ ਹੈ ਤੇ ਇਸ ਤੋਂ ਜ਼ਿਆਦਾ ਹੋਰ ਕਿਸ ਚੀਜ਼ ਦੀ ਉਹਦੇ ਲਈ ਤੁਸੀਂ ਕਾਮਨਾ ਕਰਦੇ ਹੋ ਇਹ ਰੋਣਾ ਧੋਣਾ ਹਰ ਕੋਈ ਬੰਦ ਕਰ ਦੇਵੇ ਸਭ ਮੇਰੀ ਤਰ੍ਹਾਂ ਹੱਸੋ ਤੇ ਖੁਸ਼ ਰਹੋ ਜਾਂ ਘੱਟੋ-ਘੱਟ ਮੇਰੀ ਤਰ੍ਹਾਂ ਖੁਦਾ ਦਾ ਸ਼ੁਕਰ ਮਨਾਓ ਮਰਨ ਤੋਂ ਪਹਿਲਾਂ ਮੇਰੇ ਮੁੰਡੇ ਨੇ ਸੁਨੇਹਾ ਭੇਜਿਆ ਸੀ ਕਿ ਜਿਸ ਸੁੰਦਰ ਤੋਂ ਸੁੰਦਰ ਰੂਪ ਵਿੱਚ ਜ਼ਿੰਦਗੀ ਦੇ ਅੰਤ ਦੀ ਕਲਪਨਾ ਕਰ ਸਕਦਾ ਸੀ ਹੁਣ ਬੜੇ ਸੰਤੋਸ਼ ਨਾਲ ਉਸੇ ਰੂਪ ਚ ਪ੍ਰਾਨ ਤਿਆਗ ਰਿਹਾ ਹਾਂ ਇਸੇ ਲਈ ਤਾਂ ਦੇਖੋ ਨਾ ਮੈਂ ਕੋਈ ਸੋਗੀ ਕਪੜੇ ਨਹੀਂ ਪਾਏ ਉਹਨੇ ਆਪਣਾ ਹਲਕਾ ਬਦਾਮੀ ਰੰਗ ਵਾਲਾ ਕੋਟ ਇਸ ਤਰ੍ਹਾਂ ਝਟਕਿਆ ਜਿਵੇਂ ਕਿ ਉਹ ਇਹਦੀ ਨਮائش ਕਰ ਰਿਹਾ ਹੋਵੇ ਟੁੱਟੇ ਹੋਏ ਦੰਦਾ ਉੱਤੇ ਉਹਦਾ ਉੱਤੇਜਿਤ ਹੋਇਆ ਬੁੱਲ ਥਰ-ਥਰ ਕੰਬ ਰਿਹਾ ਸੀ ਅੱਖਾਂ ਗਿੱਲੀਆਂ ਤੇ ਬੇਹਰਕਤ ਹੋ ਗਈਆਂ ਸਨ ਜਿਵੇਂ ਉਹਨੇ ਗੱਲ ਪੂਰੀ ਕੀਤੀ ਉਹਦੇ ਮੂੰਹ ਚੋਂ ਹੱਸਣ ਦੀ ਅਜੀਬ ਆਵਾਜ਼ ਨਿਕਲੀ ਜਿਹਦੇ ਲਈ ਇਹ ਪੁਲੇਖਾ ਪੈ ਸਕਦਾ ਸੀ ਕਿ ਕਿਤੇ ਇਸ ਸਿਸਕਣ ਦੀ ਆਵਾਜ਼ ਤਾਂ ਨਹੀਂ ਹੈ ਤੁਸੀਂ ਠੀਕ ਕਹਿੰਦੇ ਹੋ ਤੁਸੀਂ ਠੀਕ ਕਹਿੰਦੇ ਹੋ ਦੂਜੇ ਲੋਕਾਂ ਨੇ ਸਹਿਮਤੀ ਜਤਾਈ ਆਪਣੇ ਕੋਟ ਦੇ ਅੰਦਰ ਗੱਠੜੀ ਬਣੀ ਔਰਤ ਕੋਨੇ 'ਚ ਬੈਠੀ ਬੈਠੀ ਸਭ ਕੁਝ ਸੁਣ ਰਹੀ ਸੀ ਉਹ ਪਿਛਲੇ 3 ਮਹੀਨਿਆਂ ਤੋਂ ਆਪਣੇ ਪਤੀ ਤੇ ਮਿੱਤਰਾਂ ਦੀਆਂ ਗੱਲਾਂ ਤੋਂ ਅਜੇਆ ਕੁਝ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਉਹਨੂੰ ਉਹਦੇ ਦੁੱਖ ਭਰੀ ਹਾਲਤ ਵਿੱਚ ਧੀਰਜ ਦਵਾਵੇ ਜੋ ਉਹਨੂੰ ਅਜੇਆ ਰਾਹ ਵਿਖਾ ਸਕੇ ਕਿ ਇੱਕ ਮਾਂ ਆਪਣੇ ਬੇਟੇ ਨੂੰ ਮੌਤ ਦੇ ਹਵਾਲੇ ਕਰਕੇ ਨਹੀਂ ਸਗੋਂ ਖਤਰਨਾਕ ਜ਼ਿੰਦਗੀ ਨੂੰ ਸੌਂਪ ਕੇ ਵੀ ਕਿਵੇਂ ਆਪਣਾ ਮਨ ਮਾਰ ਲੈਂਦੀ ਹੈ ਪਰ ਉਹਨਾਂ ਦੇ ਕਹੇ ਹੋਏ ਅਨੇਕ ਸ਼ਬਦਾਂ ਨੂੰ ਸਮਝਣ ਵਾਲਾ ਇੱਕ ਵੀ ਸ਼ਬਦ ਤਾਂ ਉਹਨੂੰ ਅੱਜ ਤੱਕ ਨਹੀਂ ਮਿਲਿਆ ਸੀ ਦੇਖ-ਦੇਖ ਕੇ ਉਹਦੀ ਬੇਦਨਾ ਹੋਰ ਵੀ ਵੱਧ ਜਾਂਦੀ ਸੀ ਕਿ ਕੋਈ ਵੀ ਉਹਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕ ਰਿਹਾ ਪਰ ਇਸ ਯਾਤਰੀ ਦੇ ਸ਼ਬਦਾਂ ਨੇ ਉਹਨੂੰ ਹੈਰਾਨ ਹੀ ਨਹੀਂ ਸਗੋ ਇੱਕਦਮ ਮੌਨ ਜਿਹਾ ਕਰ ਦਿੱਤਾ ਅੱਤੰਤ ਇਹ ਤੇ ਉਹਨੂੰ ਇਹ ਗੱਲ ਸਮਝ ਆ ਗਈ ਸੀ ਕਿ ਗਲਤੀ ਹੋਰਾਂ ਦੀ ਨਹੀਂ ਸੀ ਤੇ ਨਾ ਹੀ ਗਲਤੀ ਉਹਨਾਂ ਲੋਕਾਂ ਦੀ ਸੀ ਜੋ ਉਹਨੂੰ ਸਮਝ ਨਹੀਂ ਸੀ ਸਕ ਰਹੇ ਸਗੋਂ ਗਲਤੀ ਖੁਦ ਦੀ ਆਪਣੀ ਸੀ ਕਿਉਂ ਨਹੀਂ ਉਹ ਨਾ ਮਾਂ-ਬਾਪਾਂ ਦੀ ਉਚਾਈ ਤੱਕ ਪਹੁੰਚਦੀ ਸੀ ਜਿਹੜੇ ਬਿਨਾਂ ਅੱਖਾਂ ਝੰਝੂ ਲਿਆਇਆ ਆਪਣੇ ਬੇਟਿਆਂ ਦੀ ਜੁਦਾਈ ਨਹੀਂ ਸਗੋਂ ਮੌਤ ਤੱਕ ਦੇ ਲਈ ਆਪਣੇ ਮਨ ਨੂੰ ਤਿਆਰ ਕਰ ਲੈਂਦੇ ਹਨ ਆਪਣੇ ਕੋਨੇ ਤੋਂ ਬਾਹਰ ਵੱਲ ਨੂੰ ਝੁਕੀ-ਝੁਕੀ ਉਹ ਬੜੀ ਗੌਰ ਨਾਲ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਉਸ औरत ਨੂੰ ਲੱਗਿਆ ਜਿਵੇਂ ਉਹਨੂੰ ਕਿਸੇ ਨੇ ਅਜਿਹੀ ਦੁਨੀਆ 'ਚ ਧੱਕ ਦਿੱਤਾ ਹੈ ਜਿਹਦੀ ਉਹਨੇ ਸੁਪਨੇ 'ਚ ਵੀ ਕਲਪਨਾ ਨਹੀਂ ਕੀਤੀ ਸੀ। ਇਸ ਦੁਨੀਆ ਨੂੰ ਤਾਂ ਹੁਣ ਤੱਕ ਜਾਣ ਵੀ ਨਹੀਂ ਸਕੀ ਸੀ। ਆਪਣੀ ਔਲਾਦ ਦੀ ਮੌਤ ਤੇ ਅਜੇ ਨਿਯੰਤਰਣ ਤੇ ਸੰਜਮ ਦੀ ਗੱਲ ਕਰਨ ਵਾਲੇ ਬਾਪ ਨੂੰ ਸਭ ਲੋਕ ਮਿਲ ਕੇ ਵਧਾਈਆਂ ਦੇਣ ਲੱਗੇ। ਇਹ ਦੇਖ ਕੇ ਬੇहद ਖੁਸ਼ੀ ਹੋਈ। ਤਾਂ ਤਾਂ ਕਿ ਤੁਹਾਡਾ ਬੇਟਾ ਸੱਚਮੁੱਚ ਮਰ ਗਿਆ? ਉਹਨੇ ਪੁੱਛਿਆ। ਸਾਰੇ ਉਹਨੂੰ ਅੱਖਾਂ ਫਾੜ-ਫਾੜ ਕੇ ਦੇਖਣ ਲੱਗੇ। ਉਸਵਾਲ ਦੇਖਣ ਲਈ ਬੁੱਢਾ ਵੀ ਮੁੜਿਆ ਆਪਣੀਆਂ ਵੱਡੀਆਂ-ਵੱਡੀਆਂ ਬਾਹਰ ਨਿਕਲਦੀਆਂ ਗਿੱਲੀਆਂ ਡਰਾਉਣੀਆਂ ਹਲਕੀਆਂ-ਹਲਕੀਆਂ ਭੂਰੀਆਂ ਅੱਖਾਂ ਨੂੰ ਉਹਨੇ ਔਰਤ ਦੇ ਚਿਹਰੇ ਤੇ ਗੱਡ ਦਿੱਤਾ ਕੁਛ ਤੇਰ ਲਈ ਤਾਂ ਉਹਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹਨੂੰ ਸ਼ਬਦ ਹੀ ਨਹੀਂ ਸੁਜੇ ਉਸਵਾਲ ਬਸ ਦੇਖਦਾ ਰਿਹਾ ਦੇਖਦਾ ਰਿਹਾ ਤੇ ਜਿਵੇਂ ਉਸ ਸਮੇਂ ਬੇਹੁੱਦੇ ਤੇ ਬੇਮੌਕੇ ਪ੍ਰਸ਼ਨ ਤੇ ਪਹਿਲੀ ਵਾਰ ਅਚਾਨਕ ਹੀ ਉਹਦੀ ਸਮਝ ਆ ਗਿਆ ਕਿ ਉਹਦਾ ਬੇਟਾ ਸੱਚਮੁੱਚ ਮਰ ਗਿਆ ਹਮੇਸ਼ਾ-ਹਮੇਸ਼ਾ ਲਈ ਉਸ ਤੋਂ ਦੂਰ ਚਲਾ ਗਿਆ ਉਦੇ ਚਿਹਰੇ ਤੇ ਵੱਟੋਬਰੇ ਉਹਦੀ ਮੁਦਰਾ ਭਿਆਨਕ ਰੂਪ ਵਿੱਚ ਵਿਗੜ ਗਈ ਚਪਟ ਕੇ ਉਹਨੇ ਆਪਣਾ ਆਪਣੀ ਜੇਬ ਚੋਂ ਰੁਮਾਲ ਕੱਢਿਆ ਤੇ ਫਿਰ ਸਾਰਿਆਂ ਨੇ ਅੰਤਾਂ ਦੀ ਹੈਰਾਨੀ ਨਾਲ ਵੇਖਿਆ ਉਹ ਡਰਾਉਣੀਆਂ ਦਿਲ ਨੂੰ ਚੀਰਨ ਵਾਲੀਆਂ ਬੇਬਸ ਹਿੱਟਕੀਆਂ ਵਿੱਚ ਫੁੱਟ ਫੁੱਟ ਕੇ ਰੁਪਿਆ ਧੰਨਵਾਦ